ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮ ਪ੍ਰਕਾਸ਼ ਮਿੰਟੂ। ਖੂਨਦਾਨ ਜੋ ਕਿ ਬਹੁਤ ਬੜਾ ਦਾਨ ਮੰਨਿਆ ਜਾਂਦਾ, ਜਿਹੜਾ ਬਲੱਡ ਡੋਨੇਟ ਕਰਨਾ, ਇਹ ਕੀ ਸਾਡੇ ਲਈ ਕਿੰਨਾ ਕੁ ਯੂਜ਼ਫੁੱਲ ਹੈਗਾ, ਅੱਜ ਉਹਦੇ 'ਤੇ ਗੱਲਬਾਤ ਕਰਾਂਗੇ, ਜੋ ਕਿ ਇੱਕ ਜਿਹੜੀ ਸਮਾਜਿਕ ਸੇਵਾ ਵੀ ਮੰਨੀ ਜਾਂਦੀ ਆ। ਅੱਜ ਇੱਕ ਅਜਿਹੇ ਨੌਜਵਾਨ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਸਨੇ 79 ਵਾਰ ਬਲੱਡ ਡੋਨੇਟ ਕੀਤਾ, ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ ਉਹਨਾਂ ਨਾਲ। ਹਾਂਜੀ ਭਾਅ ਜੀ, ਕੀ ਨਾਮ ਹੈ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸ਼ਤੀਸ਼ ਕੁਮਾਰ ਡੀਸੀ ਜੀ, ਸਮਰਾਲਾ ਐਂਬੂਲੈਂਸ ਸਰਵਿਸ, ਮੈਂ ਸਮਰਾਲਾ ਐਂਬੂਲੈਂਸ ਚਲਾਉਂਦਾ ਜੀ। ਕਿੰਨੀ ਕੀ ਵਾਰੀ ਤੁਸੀਂ ਡੋਨੇਟ ਕਰ ਚੁੱਕੇ ਹੁਣ ਤੱਕ, ਕੋਈ ਪ੍ਰੋਬਲਮ ਤਾਂ ਨਹੀਂ ਆਈ ਹੈਗੀ? ਨਹੀਂ, ਪ੍ਰੋਬਲਮ ਕੋਈ ਨਹੀਂ ਹੈਗੀ ਜੀ, ਮੈਂ ਹੁਣ ਤੱਕ 79 ਵਾਰ ਬਲੱਡ ਦੇ ਚੁੱਕਿਆ ਜੀ। ਹਾਂਜੀ। ਔਰ ਫਸਟ ਟਾਈਮ ਤੁਸੀਂ ਕਦੋਂ ਡੋਨੇਟ ਕੀਤਾ ਸੀਗਾ? ਮੈਂ ਫਸਟ ਟਾਈਮ ਜੀ 16 ਫਰਵਰੀ 2002 ਨੂੰ ਕੀਤਾ ਸੀਗਾ ਜੀ, CMC ਦੇ ਵਿੱਚ ਜੀ। ਹਾਂਜੀ। ਔਰ ਜਿਹੜਾ ਬਲੱਡ ਡੋਨੇਟ ਕਰਨ ਨਾਲ ਬਹੁਤ ਲੋਕ ਤਾਂ ਡਰਦੇ ਨੇ ਡੋਨੇਟ ਕਰਨ ਨੂੰ, ਤੁਸੀਂ ਇੰਨੀ ਵਾਰੀ ਡੋਨੇਟ ਕਰ ਚੁੱਕੇ ਹੋ, ਤੁਸੀਂ ਕਿਹਦੇ ਤੋਂ ਪ੍ਰਭਾਵਿਤ ਹੋ ਕੇ ਡੋਨੇਸ਼ਨ ਸ਼ੁਰੂ ਕੀਤੀ ਹੈ? ਮੈਂ ਨਾ ਜੀ ਆਪਣੇ 16 ਫਰਵਰੀ 2002 ਨੂੰ ਮੈਂ CMC ਗਿਆ ਸੀਗਾ ਲੁਧਿਆਣੇ, ਸਾਡਾ ਮੁਹੱਲੇ ਦਾ ਇੱਕ ਪੇਸ਼ੈਂਟ ਸੀਗਾ, ਉਹਨਾਂ ਦੀ ਖਬਰ ਲੈਣ ਗਿਆ ਸੀਗਾ ਮੈਂ, ਅਤੇ ਉੱਥੇ ਉਹਨਾਂ ਨੂੰ ਬਲੱਡ ਦੀ ਜ਼ਰੂਰਤ ਸੀਗੀ ਅਤੇ ਉਹ ਕਹਿੰਦੇ ਬਲੱਡ ਚਾਹੀਦਾ ਆ ਸਾਨੂੰ। ਚਲੋ ਮੈਂ ਕਿਹਾ ਵੀ ਚਲੋ ਮੈਂ ਦੇਖ ਲੈਂਦਾ ਜੀ, ਅਤੇ ਮੈਂ ਬਲੱਡ ਬੈਂਕ ਗਿਆ। ਜਦੋਂ ਮੈਂ ਬਲੱਡ ਬੈਂਕ 'ਚ ਪਹੁੰਚਿਆ ਤਾਂ ਇੱਕ ਬਾਹਰ ਇਨਸਾਨ ਦੀ ਫੋਟੋ ਲੱਗੀ ਹੋਈ ਸੀ ਜਿਨ੍ਹਾਂ ਨੇ 59 ਵਾਰ ਖੂਨ ਦਿੱਤਾ ਸੀਗਾ, ਯਾਨੀ ਕਿ ਉਹਨਾਂ ਨੂੰ ਮੈਂ ਦੇਖ ਕੇ ਹੀ ਜਾਗਰੂਕ ਹੋਇਆ ਵੀ ਇਹ ਇਨਸਾਨ ਜਦੋਂ 59 ਵਾਰ ਖੂਨ ਦੇ ਸਕਦਾ ਆ, ਵੀ ਮੈਂ 1 ਵਾਰ ਖੂਨ ਕਿਉਂ ਨਹੀਂ ਦੇ ਸਕਦਾ। ਫਿਰ ਮੈਂ ਉਸ ਦਿਨ ਤੋਂ ਜਿਹੜਾ ਹੈਗਾ ਆ ਬਲੱਡ ਦੇਣਾ ਸ਼ੁਰੂ ਕੀਤਾ ਸੀਗਾ ਜੀ। ਕਿੰਨੀ ਕੁ ਵਾਰੀ ਬੰਦਾ, ਇੱਕ ਵਿਅਕਤੀ ਕਿੰਨੀ ਕੁ ਵਾਰ ਡੋਨੇਟ ਕਰ ਸਕਦਾ ਹੈਗਾ? ਦੇਖੋ ਜੀ, ਉਹ ਹੈਗਾ ਆ ਆਪਣੇ 18 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ, ਠੀਕ ਆ ਜੀ, ਆਪਾਂ ਬਲੱਡ ਡੋਨੇਟ ਕਰ ਸਕਦੇ ਹਾਂ ਹਰੇਕ 3 ਮਹੀਨੇ ਬਾਅਦ ਜੀ। ਹਾਂਜੀ। ਔਰ ਕਿੰਨੀ ਕੀ ਉਮਰ ਤੱਕ ਬੰਦਾ ਡੋਨੇਟ ਕਰ ਸਕਦਾ, ਕੀ ਬਜ਼ੁਰਗ ਬੰਦਾ ਡੋਨੇਟ ਕਰ ਸਕਦਾ? ਨਹੀਂ ਦੇਖੋ ਜੀ, 60 ਸਾਲ ਦੀ ਉਮਰ ਤੱਕ ਇੱਦਾਂ ਦਾ ਹੈਗਾ ਆ, ਕਈ ਮੰਨ ਲਓ 62-63 ਵਾਲੇ ਵੀ ਜਿਹੜੇ ਜਿਨ੍ਹਾਂ ਦਾ ਮੰਨ ਲਓ ਹੁਣ ਇੱਕ ਐਵੇਂ ਬਣਿਆ ਹੋਇਆ ਵੀ ਅਸੀਂ ਬਲੱਡ ਦੇਣਾ ਆ, ਠੀਕ ਆ ਜੀ, ਉੱਥੇ ਕੀ ਹੁੰਦਾ ਆ ਕਈ ਵਾਰੀ ਉਮਰ ਛੁਪਾ ਕੇ ਵੀ, ਜਿਨ੍ਹਾਂ ਦੇ ਵਿੱਚ ਜਜ਼ਬਾ ਹੁੰਦਾ ਆ ਉਹ ਉਮਰ ਛੁਪਾ ਕੇ ਵੀ ਬਲੱਡ ਦੇ ਦਿੰਦੇ ਨੇ ਜੀ। ਹਾਂਜੀ। ਛੋਟੀ ਤੋਂ ਛੋਟੀ ਉਮਰ ਦਾ ਕਿੰਨੇ ਦਾ ਦੇ ਸਕਦਾ ਬਲੱਡ? ਦੇਖੋ ਜੀ, ਘੱਟੋ ਘੱਟ ਉਹਦੇ ਲਈ ਤਾਂ 18 ਸਾਲ ਉਮਰ ਹੋਣੀ ਬਹੁਤ ਜ਼ਰੂਰੀ ਆ ਜੀ। ਹਾਂਜੀ। ਉਹਦੇ ਲਈ ਹੋਰ ਕੀ ਰਿਕੁਆਇਰਮੈਂਟ ਹੁੰਦੀ ਹੈ? ਇੱਕ ਜਿਵੇਂ ਉਮਰ 18 ਸਾਲ ਹੋਣੀ ਚਾਹੀਦੀ ਆ, ਕੀ ਕਿਸੇ ਬੰਦੇ ਨੂੰ ਜੇ ਕੋਈ ਪ੍ਰੋਬਲਮ ਹੈਗੀ ਆ, ਪੇਸ਼ੈਂਟ ਹੈਗਾ, ਕੀ ਉਹ ਵੀ ਦੇ ਸਕਦਾ? ਦੇਖੋ ਜੀ, ਉਹ 'ਚ ਇਹ ਹੈਗਾ ਵੀ ਮੰਨ ਲਓ ਜਿੱਦਾਂ ਸ਼ੂਗਰ BP ਵਗੈਰਾ ਵੱਧਦਾ ਆ, ਉਹਨੂੰ ਨਹੀਂ ਉਹ ਦੇਣਾ ਚਾਹੀਦਾ ਹੈਗਾ। ਔਰ ਜੇ ਮੰਨ ਲਓ ਤੁਸੀਂ ਟੀਮ ਨੂੰ ਦੱਸਦੇ ਵੀ ਹੋ, ਬਲੱਡ ਬੈਂਕ ਦੀ ਜਿਹੜੀ ਟੀਮ ਹੁੰਦੀ ਆ ਉਹ ਤੁਹਾਡਾ ਬਲੱਡ ਨਹੀਂ ਵੀ ਲੈਣਗੇ, ਮੰਨ ਲਓ ਉਸ ਤੋਂ ਬਾਅਦ ਵੀ, ਮੰਨ ਲਓ ਜੇ ਅਗਰ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਮੈਨੂੰ ਪ੍ਰੋਬਲਮ ਹੈਗੀ ਆ, ਉਸ ਤੋਂ ਬਾਅਦ ਜਿਹੜੇ ਟੈਸਟ ਹੁੰਦੇ ਨੇ ਟੈਸਟਾਂ ਦੇ ਵਿੱਚ ਪਤਾ ਲੱਗ ਜਾਂਦਾ ਜੀ ਵੀ ਮੰਨ ਲਓ ਇਸ ਬੰਦੇ ਨੂੰ ਇਹ ਪ੍ਰੋਬਲਮ ਹੈਗੀ ਆ, ਤਾਂ ਫਿਰ ਬਲੱਡ ਬੈਂਕ ਜਿਹੜੀ ਵੀ ਆਉਂਦੀ ਆ, ਮੰਨ ਲਓ ਜਿਹੜੀ ਵੀ ਬਲੱਡ ਬੈਂਕ 'ਚ ਆਪਾਂ ਬਲੱਡ ਦੇ ਕੇ ਆਉਂਦੇ ਹਾਂ, ਉਹ ਆਪਾਂ ਨੂੰ ਦੁਬਾਰਾ ਫਿਰ ਬੁਲਾਉਂਦੇ ਨੇ, ਆਪਣਾ ਇੱਕ ਵਾਰੀ ਸੈਂਪਲ ਲੈਂਦੇ ਨੇ, ਸੈਂਪਲ ਲੈ ਕੇ ਆਪਣੇ ਦੁਬਾਰਾ ਫਿਰ ਰਿਪੀਟ ਦੇ ਵਿੱਚ ਟੈਸਟ ਲਾ ਕੇ ਕਰਦੇ ਨੇ ਵੀ ਵਾਕਿਆ ਹੀ ਇਹਨੂੰ ਪ੍ਰੋਬਲਮ ਹੈਗੀ ਆ, ਜੇ ਹੈਗੀ ਆ ਤਾਂ ਉਹਨੂੰ ਦੱਸ ਦਿੱਤਾ ਜਾਂਦਾ ਅਤੇ ਉਹਦੀ ਮੈਡੀਸਨ ਸ਼ੁਰੂ ਕੀਤੀ ਜਾਂਦੀ ਹੈ ਜੀ। ਇੱਕ ਗੱਲ ਹੋਰ ਦੱਸਿਓ, ਆਪਾਂ ਦੇਖਦੇ ਹਾਂ ਜਾਂ ਆਪਾਂ ਕਿਤੇ ਕੈਂਪ ਦੇ ਵਿੱਚ ਬਲੱਡ ਡੋਨੇਸ਼ਨ ਕਰਨ ਜਾਂਦੇ ਹਾਂ, ਕੀ ਉੱਥੇ ਕਿਸੇ ਵੀ ਵਿਅਕਤੀ ਨੂੰ ਆਪਣਾ ਬਲੱਡ ਗਰੁੱਪ ਪਤਾ ਹੋਣਾ ਚਾਹੀਦਾ? ਦੇਖੋ ਜੀ, ਇਹ ਕੋਈ ਜ਼ਰੂਰੀ ਨਹੀਂ ਹੈਗਾ, ਜੇ ਪਤਾ ਹੋਵੇ ਜ਼ਿਆਦਾ ਵਧੀਆ ਗੱਲ ਆ। ਦੇਖੋ, ਜਦੋਂ ਬਲੱਡ ਲੈ ਕੇ ਜਾਣਾ ਆ ਟੀਮ ਨੇ, ਜਿਹੜੀ ਬਲੱਡ ਬੈਂਕ ਦੀ ਟੀਮ ਆਉਂਦੀ ਆ, ਤਾਂ ਉਹਦੇ ਵਿੱਚ ਇਹ ਹੈਗਾ ਵੀ ਪਹਿਲਾਂ, ਸਭ ਤੋਂ ਪਹਿਲਾਂ ਤਾਂ ਕੰਮ ਇਹੀ ਹੁੰਦਾ ਵੀ ਉਹਦੇ ਗਰੁੱਪ ਹੁੰਦਾ ਆ, ਠੀਕ ਆ, ਗਰੁੱਪ ਤੋਂ ਬਾਅਦ ਅਲਹਿਜਾ ਵਗੈਰਾ ਲੱਗਦਾ ਆ, ਅਲਹਿਜਾ ਵਗੈਰਾ ਲੱਗ ਕੇ ਜੋ ਟੈਸਟ ਹੁੰਦੇ ਨੇ ਉਹਨਾਂ ਦੇ ਉਹ ਹੁੰਦੇ ਨੇ, ਟੈਸਟਾਂ ਤੋਂ ਬਾਅਦ ਜਿਹੜੀ ਹੈਗੀ ਆ ਕਾਰਵਾਈ, ਮਤਲਬ ਕਿ ਅੱਗੇ ਪੇਸ਼ੈਂਟ ਨੂੰ ਦੇਣ ਦੇ ਲਾਇਕ ਵੀ, ਯਾਨੀ ਕਿ ਘੱਟੋ ਘੱਟ 2 ਦਿਨ ਦੇ ਵਿੱਚ ਬਲੱਡ ਤਿਆਰ ਹੁੰਦਾ ਜੀ। ਹਾਂਜੀ। ਕਿੰਨੇ ਦਿਨਾਂ ਦੇ ਵਿੱਚ ਜਿਹੜਾ ਬਲੱਡ ਆ, ਜੇ ਮੰਨ ਲਓ ਕੋਈ ਡੋਨਰ ਆ ਉਹਨੇ ਬਲੱਡ ਦੇ ਤਾ, ਤਾਂ ਕਿੰਨੇ ਦਿਨਾਂ ਦੇ ਵਿੱਚ ਇਹ ਬਲੱਡ ਬਣਨਾ ਸ਼ੁਰੂ ਹੋ ਜਾਂਦਾ ਵਾ? ਦੇਖੋ ਜੀ, ਬਲੱਡ ਤਾਂ ਇਹ ਹੈਗਾ ਆ, ਬਲੱਡ ਤਾਂ ਤੁਹਾਡਾ 24 ਘੰਟੇ ਦੇ ਵਿੱਚ ਇਹ ਬਣਨਾ ਸ਼ੁਰੂ ਹੋ ਜਾਂਦਾ ਆ, ਕਿਉਂਕਿ ਦੇਖੋ ਸਾਡੇ ਮੈਡਮ ਸੀਗੇ PGI ਤੋਂ, ਮੈਂ ਉਹਨਾਂ ਦਾ ਨਾਮ ਤਾਂ ਮੇਰੇ ਹੁਣ ਨਹੀਂ ਦਿਮਾਗ 'ਚ ਹੈਗਾ, ਬਹੁਤ ਬਜ਼ੁਰਗ ਸੀਗੇ, ਯਾਨੀ ਕਿ ਸੀਨੀਅਰ ਸੀਗੇ ਉਹ,
ਤੇ ਉਹਨਾਂ ਨੇ ਇੱਕ ਵਾਰੀ ਸਾਨੂੰ ਅਸੀਂ ਝਾੜ ਸਾਹਿਬ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਜਦੋਂ ਅਸੀਂ ਬਲੱਡ ਦੇ ਦਿੰਦੇ ਹਾਂ ਵੀ ਸਾਨੂੰ ਵੀ ਸਭ ਤੋਂ ਪਹਿਲਾਂ ਕੀ ਜੂਸ ਪੀਣਾ ਚਾਹੀਦਾ ਜਾਂ ਦੁੱਧ ਪੀਣਾ ਚਾਹੀਦਾ ਕੀ, ਉਹ ਕਹਿੰਦੇ ਵੀ ਨਹੀਂ ਇੱਦਾਂ ਦਾ ਕੁਛ ਨਹੀਂ ਹੈਗਾ, ਜਿੰਨਾ ਤੁਹਾਡੇ ਸਰੀਰ ਦੇ ਵਿੱਚੋਂ ਲੀਕੜ ਆਇਆ ਤੁਸੀਂ ਉਨਾ ਪਾਣੀ ਪੀ ਲਓ, ਤੁਹਾਡਾ ਪਾਣੀ ਨੇ ਹੀ ਬਲੱਡ ਪੂਰਾ ਕਰ ਦੇਣਾ ਹੈ। ਪਰ ਜ਼ਿਆਦਾਤਰ ਆਪਾਂ ਦੇਖਦੇ ਹਾਂ ਜਿੱਥੇ ਬਲੱਡ ਡੋਨੇਸ਼ਨ ਕੈਂਪ ਲੱਗਿਆ ਹੁੰਦਾ ਉੱਥੇ ਖਾਣ ਪੀਣ ਨੂੰ ਜਿਵੇਂ ਕੇਲੇ ਵਗੈਰਾ ਸੇਬ ਵਗੈਰਾ ਰੱਖੇ ਹੁੰਦੇ ਆ, ਕੀ ਉਹ ਖਾਣੇ ਜ਼ਰੂਰੀ ਹੁੰਦੇ ਨੇ? ਦੇਖੋ ਜੀ, ਉਹ ਇੱਦਾਂ ਹੁੰਦਾ ਨਾ ਜਿਹੜਾ ਨਵਾਂ ਡੋਨਰ ਆਉਂਦਾ ਆ, ਠੀਕ ਆ, ਦੇਖੋ ਸਾਡੀ ਤਾਂ ਹੁਣ ਆਦਤ ਬਣ ਚੁੱਕੀ ਆ, ਹੁਣ ਜਿਹੜਾ ਨਵਾਂ ਡੋਨਰ ਆਉਂਦਾ ਉਹਨੂੰ ਇੰਨਾ ਕੁ ਤਾਂ ਦੇਖੋ ਬਣਦਾ ਹੀ ਆ, ਹੈ ਨਾ ਜੀ। ਦੇਖੋ ਉਹ ਫਿਰ ਵੀ ਦੇਖੋ ਆਪਣਾ ਬਲੱਡ ਦਿੰਦਾ, ਬਲੱਡ ਸਭ ਤੋਂ ਔਖੀ ਚੀਜ਼ ਆ ਬਲੱਡ ਦੇਣਾ ਜੀ, ਠੀਕ ਆ। ਪਰ ਯਾਨੀ ਕਿ ਜਦੋਂ ਉਹ ਬਲੱਡ ਦਿੰਦਾ ਜੇ ਉਹਦੀ ਇੰਨੀ ਕੁ ਸੇਵਾ ਨਾ ਕੀਤੀ ਜਾਵੇ ਤਾਂ ਦੇਖੋ ਉਹ ਵੀ ਗਲਤ ਆ ਨਾ। ਹਾਂਜੀ, ਅੱਛਾ, ਤੁਸੀਂ ਇਸ ਦੇ ਨਾਲ ਨਾਲ ਇੱਕ ਹੋਰ ਐਂਬੂਲੈਂਸ ਸੇਵਾ ਵੀ ਨਿਭਾ ਰਹੇ ਹੋ, ਐਂਬੂਲੈਂਸ ਚਲਾ ਰਹੇ ਹੋ, ਇਹਦਾ ਇਹਦੇ ਬਾਰੇ ਦੱਸੋ ਮਾੜਾ ਜਿਹਾ ਕੀ। ਐਂਬੂਲੈਂਸ ਦਾ ਇਹ ਹੈਗਾ ਜੀ, ਦੇਖੋ ਐਂਬੂਲੈਂਸ ਮੇਰਾ ਇੱਕ ਬਿਜ਼ਨਸ ਆ, ਮੈਂ ਉਹਨੂੰ ਬਿਜ਼ਨਸ ਦੇ ਤੌਰ ਤੇ ਕਰਦਾ ਆ। ਉਹਦੇ ਵਿੱਚ ਇਹ ਹੈਗਾ ਵੀ ਕਈ ਵਾਰੀ ਮੰਨ ਲਓ ਕੋਈ ਗਰੀਬ ਪੇਸ਼ੈਂਟ ਹੁੰਦਾ ਆ, ਆਪਾਂ ਨੂੰ ਤੇਲ ਤੇ ਵੀ ਛੱਡ ਦਿੰਦੇ ਆ ਜੀ, ਆਪਾਂ ਉਹਨਾਂ ਨੂੰ ਆਪਣੇ ਫ੍ਰੀ ਵੀ ਛੱਡ ਦਿੰਦੇ ਆ ਜੀ, ਠੀਕ ਆ ਜੀ। ਉਹ ਦੇਖੋ ਪੇਸ਼ੈਂਟ ਦੇ ਹਿਸਾਬ ਨਾਲ ਹੈ, ਜ਼ਰੂਰੀ ਨਹੀਂ ਹੈਗਾ ਵੀ ਹਾਂ ਜੀ ਵੀ ਮੈਂ ਇਕੱਲਾ ਪੈਸੇ ਲਈ ਉਹ ਕੰਮ ਕਰਦਾ। ਦੇਖੋ ਬਿਜ਼ਨਸ ਆ, ਇੱਕ ਬਿਜ਼ਨਸ ਨੂੰ ਜੇ ਉਹ ਹੈਗਾ ਵੀ ਜੇ ਆਪਾਂ ਘਰ ਨਾਲ ਦੋਸਤੀ ਕਰਾਂਗੇ ਤਾਂ ਖਾਵਾਂਗੇ ਕੀ, ਹੈ ਨਾ ਜੀ। ਅਤੇ ਉਹ ਚੀਜ਼ਾਂ ਦੇਖੋ ਵੀ ਮੈਂ ਇਹ ਨਹੀਂ ਹੈਗਾ ਵੀ ਮੈਂ ਨਹੀਂ ਕਹਿੰਦਾ ਮੈਂ ਪੈਸੇ ਨਹੀਂ ਲੈਂਦਾ, ਦੇਖੋ ਮੇਰਾ ਬਿਜ਼ਨਸ ਆ, ਮੈਂ ਪੈਸੇ ਲੈਂਦਾ, ਪਰ ਕਈ ਵਾਰੀ ਪੇਸ਼ੈਂਟ ਆ ਜਾਂਦੇ ਨੇ, ਹਾਂਜੀ, ਫਿਰ ਆਪਾਂ ਉਹਨਾਂ ਨੂੰ ਫ੍ਰੀ ਵੀ ਛੱਡ ਦੇਈਦਾ ਆ, ਆਪਾਂ ਉਹਨਾਂ ਨੂੰ ਘੱਟ ਰੇਟ 'ਤੇ ਵੀ ਛੱਡ ਦੇਈਦਾ ਆ, ਠੀਕ ਆ ਜੀ। ਆਪਾਂ ਤੇਲ 'ਤੇ ਵੀ ਛੱਡਿਆ ਜੀ ਤਾਂ ਕਈ ਵਾਰੀ ਕੋਈ ਨਹੀਂ ਹੁੰਦਾ ਹੈਗਾ ਪੈਸੇ ਦੇਣ ਵਾਲਾ ਜੀ, ਪਰ ਦੇਖੋ ਮੌਕੇ 'ਤੇ ਇਹ ਹੁੰਦਾ ਵੀ ਬੰਦੇ ਦੀ ਜਾਨ ਬਚਣੀ ਚਾਹੀਦੀ। ਮਾਤਾ ਨੈਣਾ ਦੇਵੀ ਤੇ ਫਤਿਹਗੜ੍ਹ ਸਾਹਿਬ ਕੈਂਪ ਦੇ ਵਿੱਚ ਤੁਹਾਡੀ ਫ੍ਰੀ ਐਂਬੂਲੈਂਸ ਸਰਵਿਸ ਚੱਲ ਰਹੀ ਆ, ਇਹ ਕਿੰਨੇ ਦਿਨ ਤੁਸੀਂ ਚਲਾਉਂਦੇ ਹੋ ਫ੍ਰੀ ਐਂਬੂਲੈਂਸ? ਜਿਹੜੀ ਤਾਂ ਹੈਗੀ ਆ ਜੀ ਮਾਤਾ ਨੈਣਾ ਦੇਵੀ, ਮਾਤਾ ਨੈਣਾ ਦੇਵੀ ਸਾਡੇ 10 ਦਿਨ ਦੀ ਸੇਵਾ ਹੁੰਦੀ ਆ ਜੀ, ਸਾਡੀ ਮੈਡੀਕਲ ਟੀਮ ਹੁੰਦੀ ਆ ਜੀ, ਠੀਕ ਆ ਜੀ। ਉਹਦੇ ਵਿੱਚ ਆਪਣੀ 10 ਦਿਨ ਐਂਬੂਲੈਂਸ ਬਿਲਕੁਲ ਫ੍ਰੀ ਚੱਲਦੀ ਆ ਜੀ ਉੱਥੇ, ਠੀਕ ਆ ਜੀ। ਅਤੇ ਬਾਕੀ ਜਿਹੜੀ ਹੈਗੀ ਆ ਸ਼੍ਰੀ ਫਤਿਹਗੜ੍ਹ ਸਾਹਿਬ ਦੀ, ਸ਼੍ਰੀ ਫਤਿਹਗੜ੍ਹ ਸਾਹਿਬ ਵੀ ਦੇਖੋ ਹੁਣ ਸਭਾ ਦੇ ਦਿਨ ਆ ਜਾਣੇ ਨੇ, ਉੱਥੇ ਵੀ ਆਪਣੇ ਜਿਹੜੇ 3 ਦਿਨ ਹੁੰਦੇ ਨੇ ਉਹ ਬਿਲਕੁਲ ਫ੍ਰੀ ਹੁੰਦੇ ਨੇ। ਹਾਂਜੀ, ਨਾਲ ਡਾਕਟਰਸ ਦੀ ਟੀਮ ਵਗੈਰਾ ਵੀ ਨਾਲ ਜਾਂਦੀ ਹੈਗੀ? ਨਹੀਂ ਜੀ, ਦੇਖੋ ਇਹ ਹੁੰਦਾ ਵੀ ਅਸੀਂ ਸਿਵਲ ਹਸਪੀਟਲ 'ਚ ਹੁੰਦੇ ਹਾਂ ਫਤਿਹਗੜ੍ਹ ਸਾਹਿਬ, ਉੱਥੇ ਕੀ ਹੁੰਦਾ ਆ ਵੀ ਉੱਥੇ ਜਿਹੜੀ ਡਾਕਟਰ ਦੀ ਟੀਮ ਹੈਗੀ ਆ ਉਹ ਤਾਂ ਡਾਕਟਰ ਉੱਥੇ ਪਹਿਲਾਂ ਹੀ ਅਵੇਲੇਬਲ ਨੇ ਸਾਰੀ। ਉੱਥੇ ਕੀ ਹੈਗਾ, ਇੱਕ ਤਾਂ ਸਾਡੀਆਂ 7 ਗੱਡੀਆਂ ਹੁੰਦੀਆਂ ਨੇ, 7 ਗੱਡੀਆਂ ਦੇ ਵਿੱਚੋਂ 5 ਗੱਡੀਆਂ ਸਾਡੀਆਂ ਸਿਵਲ ਹਸਪੀਟਲ 'ਚ ਚੱਲਦੀਆਂ ਹੁੰਦੀਆਂ ਨੇ, 2 ਗੱਡੀਆਂ ਸਾਡੀਆਂ ਬਾਹਰ ਆਪਣੇ ਜਿੱਦਾਂ ਗੁਰਦੁਆਰਾ ਸਾਹਿਬ ਮੇਨ ਆ, ਇੱਕ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਆ ਉਹਦੇ ਬਾਹਰ ਖੜੀ ਹੁੰਦੀ ਆ, ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਖੜੀ ਹੁੰਦੀ ਆ। ਉਸ ਤੋਂ ਬਿਨਾਂ ਜਿਵੇਂ ਮੰਨ ਲਓ ਫਤਿਹਗੜ੍ਹ ਸਾਹਿਬ ਦੇ 4 ਗੇਟ ਨੇ, 4 ਗੇਟਾਂ ਦੇ ਉੱਪਰ ਸਾਡੀਆਂ ਘੱਟੋ ਘੱਟ 25 ਤੋਂ 30 ਗੱਡੀਆਂ ਹਰੇਕ ਗੇਟ 'ਤੇ ਖੜੀਆਂ ਹੁੰਦੀਆਂ ਨੇ। ਮੰਨ ਲਓ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਸਾਡੀਆਂ ਜਿਹੜੀਆਂ ਐਂਬੂਲੈਂਸਾਂ ਨੇ ਜਿਹੜੀਆਂ ਸਾਡੀਆਂ ਅੰਦਰ ਹੁੰਦੀਆਂ ਨੇ ਉਹ ਗੇਟ ਤੱਕ ਜਾਂਦੀਆਂ ਨੇ, ਗੇਟ ਤੋਂ ਅੱਗੇ ਸ਼ਿਫਟ ਕਰਕੇ ਜਿਹੜੀਆਂ ਬਾਹਰ ਖੜੀਆਂ ਹੁੰਦੀਆਂ ਨੇ ਉਹ ਅੱਗੇ ਪੇਸ਼ੈਂਟ ਲੈ ਕੇ ਜਾਂਦੀਆਂ ਨੇ ਜੀ। ਡੋਨਰ ਨੂੰ ਬਲੱਡ ਕਿੱਥੇ ਦੇਣਾ ਚਾਹੀਦਾ, ਸਿੱਧਾ ਕੈਂਪ ਦੇ ਵਿੱਚ ਜਾਂ ਹਸਪੀਟਲ ਦੇ ਵਿੱਚ, ਇਹਦੇ ਬਾਰੇ ਦੱਸੋ ਮੈਨੂੰ। ਦੇਖੋ ਜੀ, ਇਹ 'ਚ ਹੈਗਾ ਆ ਵੀ ਦੇਖੋ ਹੁਣ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਅਗਲਾ, ਦੇਖੋ ਅਸੀਂ ਸਭ ਤੋਂ ਪਹਿਲਾਂ ਸੀਗਾ, ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਅਸੀਂ ਜਦੋਂ ਇਸ ਕੰਮ ਆਪਣੇ ਕਾਰੀਅਰ ਦੇ ਵਿੱਚ ਸਮਾਜ ਸੇਵੀ ਕੰਮ ਦੇ ਵਿੱਚ ਪਏ ਸੀਗੇ, ਉਦੋਂ ਸਾਨੂੰ ਇਹ ਹੁੰਦਾ ਸੀ ਵੀ ਅਸੀਂ ਬੈੱਡ ਟੂ ਬੈੱਡ ਬਲੱਡ ਦਿੰਦੇ ਸੀ। ਉਦੋਂ ਕੀ ਸੀ, ਉਸ ਟਾਈਮ ਡੋਨਰ ਬਹੁਤ ਮੁਸ਼ਕਲ ਨਾਲ ਮਿਲਦਾ ਸੀਗਾ ਜੀ, ਅਸੀਂ ਘਰੇ ਜਾ ਕੇ ਅਸੀਂ ਮਿੰਨਤਾਂ ਕਰ ਕਰਕੇ ਡੋਨਰਾਂ ਨੂੰ ਪੈਦਾ ਕਰਦੇ ਸੀ। ਦੇਖੋ ਅੱਜ ਬਹੁਤ ਸਾਰੀਆਂ ਸੰਸਥਾਵਾਂ ਉੱਠ ਗਈਆਂ ਨੇ, ਚਲੋ ਬਹੁਤ ਵਧੀਆ ਗੱਲ ਆ। ਦੇਖੋ ਅਸੀਂ ਤਾਂ ਕਹਿੰਦੇ ਹੋਰ ਵੀ ਜ਼ਿਆਦਾ ਵਧਣ, ਕਿਉਂਕਿ ਜ਼ਿਆਦਾ ਵਧਣਗੀਆਂ ਜਿਹੜੀ ਬਲੱਡ ਦੀ ਕਮੀ ਆ ਉਹ ਜਲਦੀ ਪੂਰੀ ਹੋਊਗੀ, ਠੀਕ ਆ। ਉਹ 'ਚ ਇਹ ਹੈਗਾ ਜੀ ਵੀ ਦੇਖੋ ਜਿਹੜਾ ਬਲੱਡ ਹੈਗਾ ਆ, ਬਲੱਡ ਆਪਾਂ ਨੂੰ ਕੈਂਪਾਂ ਦੇ ਵਿੱਚ ਤਾਂ ਕਰਕੇ ਆਪਾਂ ਨੂੰ ਦੇਣਾ ਪੈਂਦਾ ਆ ਕਿਉਂਕਿ ਦੇਖੋ ਸਮਾਂ ਨਹੀਂ ਹੈ ਅੱਜ ਦੇ ਟਾਈਮ ਦੇ ਵਿੱਚ। ਸਾਡੇ ਨਾਲ ਜ਼ਿਆਦਾਤਰ ਤਾਂ ਦਿਹਾੜੀਦਾਰ ਜਿਹੜੇ ਹੈਗੇ ਨੇ ਡੋਨਰ ਉਹ ਜੁੜੇ ਹੋਏ ਨੇ ਜਾਂ ਦੁਕਾਨਦਾਰ ਨੇ। ਦੁਕਾਨਦਾਰਾਂ ਦਾ ਇਹ ਹੁੰਦਾ ਦੁਕਾਨਦਾਰ ਦੁਕਾਨ ਦਾ ਛੱਡ ਕੇ ਨਹੀਂ ਜਾ ਸਕਦਾ, ਜਿਹੜਾ ਦਿਹਾੜੀਦਾਰ ਆ ਉਹ ਵਿਚਾਰਾ ਦਿਹਾੜੀ ਛੱਡ ਕੇ ਉਹਨੂੰ ਜਾਣਾ ਮੁਸ਼ਕਲ ਆ ਕਿਉਂਕਿ ਉੱਥੋਂ ਕਿਹੜਾ ਉਹਨੇ ਕਿਸੇ ਲਾਲਚ ਲਈ ਜਾਣਾ ਆ, ਉਹਨੇ ਸੇਵਾ ਭਾਵਨਾ ਲਈ ਜਾਣਾ ਆ। ਅਤੇ ਇਸ ਲਈ ਯਾਨੀ ਕਿ ਜਿਹੜਾ ਹੈਗਾ ਵੀ
ਜਿਹੜਾ ਕੈਂਪ ਦੇ ਵਿੱਚ ਬਲੱਡ ਦਿੱਤਾ ਜਾਂਦਾ ਆ, ਪਰ ਦੇਖੋ ਇੱਕ ਹੋਰ ਵੀ ਖਬਰ ਚੱਲੀ ਸੀ ਜੀ, ਕਹਿੰਦੇ ਵੀ ਬਲੱਡ ਕੱਲਾ ਸਰਕਾਰੀ ਬੈਂਕਾਂ ਨੂੰ ਦੇਣਾ ਚਾਹੀਦਾ ਆ। ਦੇਖੋ ਪਿੱਛੇ ਇੱਕ ਮਾਛੀਵਾੜਾ ਸਾਹਿਬ ਤੋਂ ਖਬਰ ਲੱਗੀ ਸੀਗੀ, ਦੇਖੋ ਮੈਂ ਤਾਂ ਉਸ ਚੀਜ਼ ਦੀ ਨਿਖੇਧੀ ਕਰਦਾ ਆ, ਕਿਉਂਕਿ ਕਾਰਨ ਕੀ, ਦੇਖੋ ਜਿਹੜਾ ਸਰਕਾਰੀ ਬੈਂਕ ਆ ਜੀ, ਸਰਕਾਰੀ ਬੈਂਕ ਨੇ ਆਪਣੇ ਸਰਦੀਆਂ ਦੇ ਵਿੱਚ ਤਾਂ 9 ਤੋਂ 3 ਖੁੱਲਣਾ ਜੀ, ਗਰਮੀਆਂ ਦੇ ਵਿੱਚ ਜਿਹੜਾ ਹੈਗਾ 2 ਤੋਂ 8 ਖੁੱਲਣਾ, ਠੀਕ ਆ। ਜਿਹੜੇ ਜ਼ਿਲ੍ਹੇ ਦੇ ਹੋਸਪਿਟਲ ਨੇ ਉਹਨਾਂ ਵਿੱਚ 24 ਘੰਟੇ ਖੁੱਲ੍ਹਾ ਰਹਿੰਦਾ ਆ, ਪਰ ਹੁਣ ਮੰਨ ਲਓ ਆਪਣੇ ਸਬ ਡਿਵੀਜ਼ਨ ਹੋਸਪਿਟਲ ਆਪਾਂ ਸਮਰਾਲੇ ਦੀ ਉਹ ਗੱਲ ਕਰ ਲਈਏ, ਮੰਨ ਲਓ ਇੱਥੇ 3 ਵਜੇ ਤੱਕ ਹੁੰਦਾ ਜੀ, 3 ਵਜੇ ਤੋਂ ਬਾਅਦ ਆਪਾਂ ਕੀ ਕਰਾਂਗੇ, ਆਪਾਂ ਨੂੰ ਬਲੱਡ ਦੀ ਲੋੜ ਪੈਂਦੀ ਆ। ਹੁਣ ਮੰਨ ਲਓ ਅਸੀਂ ਕਹਿੰਦੇ ਹਾਂ ਜੀ ਵੀ ਕਰਨ 'ਚੋਂ ਜਾ ਕੇ ਲਿਆਓ, ਇਹ ਅਗਰ ਕਰਨ ਦੇ ਵਿੱਚ ਅਸੀਂ ਦਿੱਤਾ ਹੋਊਗਾ ਉਹ ਵੀ ਸਾਨੂੰ ਤਾਂ ਹੀ ਦੇਣਗੇ ਨਾ, ਹੈ ਨਾ ਜੀ, ਉਹ ਕਿੰਨਾ ਕੁ ਸਾਨੂੰ ਫ੍ਰੀ ਦੇਈ ਜਾਣਗੇ। ਦੇਖੋ ਜੇ ਅਸੀਂ ਉਹਨਾਂ ਨੂੰ ਕੈਂਪੇਨ ਹੀ ਦੇਵਾਂਗੇ, ਜਾਂ ਕਰਨ ਦੀ ਲਾ ਲਓ, ਜਾਂ ਕਿਸੇ ਵੀ ਪ੍ਰਾਈਵੇਟ ਬੈਂਕ ਦੀ ਲਾ ਲਓ, ਚਾਹੇ DMC ਲਾ ਲਓ, CMC ਲਾ ਲਓ, ਪੋਲੋ ਲਾ ਲਓ, ਜਿੱਥੇ ਦਾ ਮਰਜ਼ੀ ਲਾ ਲਓ, ਦੇਖੋ ਜ਼ਰੂਰੀ ਤਾਂ ਹੈ ਨਾ ਵੀ ਉਹਨਾਂ ਨੂੰ ਕੈਂਪ ਤਾਂ ਆਪਾਂ ਨੂੰ ਦੇਣਾ ਹੀ ਪਊਗਾ ਨਾ, ਜਦੋਂ ਆਪਾਂ ਫੋਨ ਤੇ ਉਹਨਾਂ ਤੋਂ ਬਲੱਡ ਲੈਂਦੇ ਹਾਂ ਤਾਂ ਕੈਂਪ ਵੀ ਆਪਾਂ ਨੂੰ ਵੀ ਉਹਨਾਂ ਨੂੰ ਦੇਣਾ ਪਊਗਾ ਜੀ। ਅੱਛਾ ਇੱਕ ਗੱਲ ਹੋਰ ਦੱਸੋ, ਆਪਾਂ ਕਈ ਵਾਰੀ ਦੇਖਦੇ ਹਾਂ ਜਿਹਨਾਂ ਨੂੰ ਬਲੱਡ ਦੀ ਜ਼ਰੂਰਤ ਹੁੰਦੀ ਆ ਜਾਂ ਕਿਸੇ ਦੀ ਐਕਸੀਡੈਂਟ ਹੋ ਜਾਂਦਾ ਕਿਸੇ ਦਾ, ਤਾਂ ਨਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਅਸੀਂ ਡੋਨਰ ਕਿੱਥੋਂ ਲੱਭੀਏ, ਤਾਂ ਡੋਨਰ ਤੁਹਾਡੇ ਤੱਕ ਕਿਵੇਂ ਪਹੁੰਚਣ? ਦੇਖੋ ਜੀ, ਸਭ ਤੋਂ ਪਹਿਲੀ ਤਾਂ ਇਹ ਗੱਲ ਹੈਗੀ ਆ ਵੀ ਦੇਖੋ ਜਦੋਂ ਐਕਸੀਡੈਂਟ ਕੋਈ ਹੋ ਜਾਂਦਾ ਆ, ਪਰਮਾਤਮਾ ਦੇਖੋ ਮੇਰਾ ਕੰਮ ਇਦਾਂ ਦਾ ਹੈਗਾ ਆ, ਮੈਂ ਰੋਜ਼ ਇਹੀ ਅਰਦਾਸ ਕਰਕੇ ਤੁਰਦਾ ਵੀ ਪਰਮਾਤਮਾ ਸਰਬੱਤ ਦਾ ਭਲਾ ਕਰੀ, ਠੀਕ ਆ। ਚਲੋ ਲੋਕਾਂ ਦੀ ਸੋਚ ਹੈਗੀ ਆ, ਕਈ ਮੈਨੂੰ ਵੀ ਕਹਿ ਦਿੰਦੇ ਨੇ ਜੀ ਵੀ ਤੁਸੀਂ ਤਾਂ ਧੂਪ ਲਾਉਂਦੇ ਹੋਊਗੇ, ਠੀਕ ਆ ਜੀ। ਮੈਂ ਕਿਹਾ ਵੀ ਦੇਖੋ ਇਹ ਤਾਂ ਪਰਮਾਤਮਾ ਨੂੰ ਪਤਾ ਵੀ ਅਸੀਂ ਧੂਪ ਲਾ ਕੇ ਤੁਰਦੇ ਹਾਂ ਜਾਂ ਕੀ ਕਰਦੇ ਹਾਂ, ਪਰ ਜਿਹੜੀ ਜਦੋਂ ਐਕਸੀਡੈਂਟ ਹੁੰਦਾ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣਾ ਬਲੱਡ ਚੈੱਕ ਕਰਾਉਣਾ ਚਾਹੀਦਾ ਆ। ਦੇਖੋ ਸਾਡੇ ਪਰਿਵਾਰ ਦਾ ਮੈਂਬਰ ਆ, ਦੇਖੋ ਅਸੀਂ ਬੈਠੇ ਹਾਂ ਉਹਨਾਂ ਲਈ, ਪਰ ਦੇਖੋ ਜੇ ਹੁਣ ਉਹ ਸਭ ਤੋਂ ਪਹਿਲਾਂ ਕਈ ਵਾਰੀ ਕੀ ਕਰਦੇ ਨੇ, ਮੰਨ ਲਓ ਅਸੀਂ ਕਈ ਵਾਰੀ ਦੇਖਿਆ ਵੀ ਮੁੰਡੇ ਬਹੁਤ ਤਕੜੇ ਹੱਟੇ ਕੱਟੇ ਉਹਨਾਂ ਦੇ ਨਾਲ ਮੁੰਡੇ ਹੁੰਦੇ ਨੇ, ਪਰ ਉਹਨਾਂ ਨੇ ਡੋਨਰ ਹੀ ਲੱਭਣਾ ਵੀ ਸਾਨੂੰ ਡੋਨਰ ਮਿਲੇ। ਦੇਖੋ ਜੀ, ਮੈਂ ਤਾਂ ਇਹ ਕਹੂੰਗਾ ਵੀ ਸਭ ਤੋਂ ਪਹਿਲਾਂ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਆਪਣਾ ਚੈੱਕ ਕਰਾਉਣਾ ਚਾਹੀਦਾ। ਜੇ ਉਹਨਾਂ ਦੇ ਵਿੱਚ ਕੋਈ ਕਮੀ ਆਉਂਦੀ ਆ, ਫਿਰ ਤਾਂ ਜਿਹੜੇ ਕਲੱਬ ਹੈਗੇ ਨੇ ਜਾਂ ਆਪਣੇ ਸੰਸਥਾਵਾਂ ਬਣੀਆਂ ਹੋਈਆਂ ਨੇ, ਉਹ ਤਾਂ ਬੈਠੀ ਹੀ ਨੇ, ਉਹ ਤਾਂ ਸੇਵਾ ਕਰੇ ਰਹੀਆਂ ਨੇ ਜੀ। ਕਦੇ ਤੁਹਾਡੇ ਨਾਲ ਇਦਾਂ ਹੋਇਆ ਵੀ ਤੁਸੀਂ ਪੇਸ਼ੈਂਟ ਨੂੰ ਲੈ ਕੇ ਗਏ ਹੋ ਔਰ ਤੁਹਾਡੇ ਹੀ ਬਲੱਡ ਮੈਚ ਕਰਦਾ ਹੋਵੇ ਔਰ ਤੁਸੀਂ ਬਲੱਡ ਦਿੱਤਾ ਹੋਵੇ? ਦੇਖੋ ਜੀ, ਮੇਰਾ ਇਦਾਂ ਹੁੰਦਾ ਆ ਵੀ ਇਦਾਂ ਦਾ ਕਦੀ ਕੁਛ ਨਹੀਂ ਹੋਇਆ ਹੈਗਾ ਵੀ, ਕਿਉਂਕਿ ਮੈਂ ਰੈਗੂਲਰ, ਮੇਰਾ 3 ਮਹੀਨੇ ਬਾਅਦ ਮੈਂ ਬਲੱਡ ਦਿੰਦਾ ਹੀ ਦਿੰਦਾ, ਕਿਉਂਕਿ ਕਈ ਵਾਰੀ 3 ਮਹੀਨੇ ਤੋਂ ਮੰਨ ਲਓ 5-10 ਦਿਨ ਇੱਧਰ ਉੱਧਰ ਉੱਪਰ ਥੱਲੇ ਹੋ ਸਕਦੇ ਨੇ, ਅਦਰਵਾਈਜ਼ ਨਹੀਂ, ਕਿਉਂਕਿ ਮੈਂ ਤਾਂ 3 ਮਹੀਨੇ ਬਾਅਦ ਬਲੱਡ ਦੇ ਹੀ ਦਿੰਦਾ ਜੀ। ਹੋਰ ਕਿੰਨੀ ਕੁ ਵਾਰੀ ਬਲੱਡ ਦੇਣਾ ਚਾਹੁੰਦੇ ਹੋ, ਕਿੰਨੀ ਉਮਰ ਤੱਕ ਬਲੱਡ ਦਊਂਗੇ ਤੁਸੀਂ? ਮੇਰੀ ਤਾਂ ਦੇਖੋ ਜੀ 60 ਸਾਲ ਦੀ ਉਮਰ ਤੱਕ ਤਾਂ ਹੈਗਾ ਹੀ ਆ, ਬਾਕੀ ਜਿੰਨੀ ਪਰਮਾਤਮਾ ਨੇ ਉਮਰ ਬਖਸ਼ੀ ਆ ਜੀ, ਜਿੰਨਾ ਟਾਈਮ ਸਵਾਸ ਹੈਗੇ ਨੇ ਜੀ ਬਲੱਡ ਦਿੰਦੇ ਰਹਾਂਗੇ 3 ਮਹੀਨੇ ਬਾਅਦ ਜੀ। ਲੋਕਾਂ ਨੂੰ ਕੀ ਅਪੀਲ ਲਾਸਟ ਜੋ ਕਰਨਾ ਚਾਹੋਗੇ ਤੁਸੀਂ? ਦੇਖੋ ਜੀ, ਮੇਰੀ ਤਾਂ ਇਹ ਅਪੀਲ ਆ ਵੀ ਜਿਹੜਾ ਖੂਨਦਾਨ ਹੈਗਾ ਵੀ ਇਹ ਆਪਾਂ ਨੂੰ ਹਰ ਇੱਕ ਇਨਸਾਨ ਨੂੰ ਜਿਹੜਾ 18 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਦਾ ਹੈਗਾ ਉਹਨੂੰ ਕਰਨਾ ਚਾਹੀਦਾ ਆ, ਕਿਉਂਕਿ ਦੇਖੋ ਇਹ ਸੋਚ ਕੇ ਨਾ ਕਰੋ ਵੀ ਮੇਰੇ ਪਰਿਵਾਰ ਨੂੰ ਜ਼ਰੂਰਤ, ਦੇਖੋ ਇਹ ਕਿਸੇ ਟਾਈਮ ਵੀ ਪੈ ਸਕਦੀ ਆ, ਠੀਕ ਆ ਜੀ। ਮੈਂ ਕਹਿੰਦਾ ਜੀ ਮੈਂ 79 ਵਾਰ ਖੂਨ ਦੇਤਾ, ਮੈਂ ਕਹਾਂ ਜੀ ਵੀ ਮੈਨੂੰ ਨਹੀਂ ਲੋੜ ਪੈ ਸਕਦੀ, ਮੇਰਾ ਕੰਮੇ ਇੱਦਾਂ ਦਾ, ਮੇਰਾ ਐਮਰਜੈਂਸੀ ਕੰਮ ਆ, ਠੀਕ ਆ। ਮੰਨ ਲਓ ਕੱਲ ਨੂੰ ਮੇਰਾ, ਦੇਖੋ ਮੈਂ ਇੱਕ ਚੀਜ਼ ਹੋਰ ਦੱਸਦਾ, ਮੈਨੂੰ ਯਾਨੀ ਕਿ ਜ਼ਿਆਦਾਤਰ ਇਹ ਜਾਣਿਆ ਜਾਂਦਾ ਜੀ ਵੀ ਮੈਂ ਐਂਬੂਲੈਂਸ ਬਹੁਤ ਤੇਜ਼ ਚਲਾਉਂਦਾ ਆ, ਮੈਂ ਯਾਨੀ ਕਿ ਮੈਂ 40 ਤੋਂ 45 ਮਿੰਟ ਦੇ ਵਿੱਚ ਮੈਂ PGI ਪੇਸ਼ੈਂਟ ਪਹੁੰਚਾ ਦਿੰਦਾ ਆ, ਪਰ ਕਾਰਨ ਕੀ ਆ ਜੀ, ਮੈਂ ਇਹ ਕਹਿਣਾ ਹੁੰਦਾ ਵੀ ਮਰੀਜ਼ ਦੀ ਜਾਨ ਬਚ ਜਾਵੇ, ਪਰ ਦੇਖੋ ਇਹ ਹੈਗਾ ਵੀ ਮੰਨ ਲਓ ਜਿੱਦਣ ਮੇਰੇ ਨਾਲ ਕੋਈ ਮੰਨ ਲਓ ਇਹੋ ਜਿਹੀ ਕੋਈ ਘਟਨਾ ਵਾਪਰ ਗਈ, ਤਾਂ ਮੈਂ ਕਹਿੰਦਾ ਵੀ ਮੇਰੇ ਮਿੱਤਰ ਦੋਸਤ ਜੋ ਹੋਣਗੇ ਉਹਨਾਂ ਨੇ ਇੱਕੋ ਗੱਲ ਕਹਿਣੀ ਆ ਵੀ ਇਹ ਤਾਂ ਅੱਗ ਲੱਗੀ ਰਹਿੰਦੀ ਸੀ, ਇਹ ਤਾਂ ਗੱਡੀ ਬਹੁਤ ਭਜਾਉਂਦਾ ਸੀ, ਪਰ ਉਹਦੇ ਪਿੱਛੇ ਕਾਰਨ ਆ ਜੀ, ਮੈਂ ਕਿਸੇ ਆਪਣੇ ਲਈ ਨਹੀਂ ਭਜਾਉਂਦਾ, ਮੈਂ ਕੋਈ ਸ਼ੌਂਕ ਨੂੰ ਨਹੀਂ ਭਜਾਉਂਦਾ ਹੈਗਾ, ਮੇਰਾ ਸਿਰਫ ਇੱਕੋ ਇੱਕ ਉਸ ਟਾਈਮ ਹੁੰਦਾ ਆ ਟਾਰਗੇਟ ਵੀ ਮੈਂ ਮਰੀਜ਼ ਦੀ ਜਾਨ ਬਚਾਉਣੀ ਆ। ਮੈਨੂੰ ਇਸ ਕਰਕੇ ਮੈਂ ਯਾਨੀ ਕਿ ਬਿਨਾਂ ਕੋਈ ਸੋਚੇ ਸਮਝੇ ਮੈਂ ਮਰੀਜ਼ ਨੂੰ ਛੇਤੀ ਤੋਂ ਛੇਤੀ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਜੀ। ਸੋ ਗੱਲਬਾਤ ਕੀਤੀ ਸਤੀਸ਼ ਕੁਮਾਰ DC ਉਹਨਾਂ ਨਾਲ, ਜੋ ਕਿ ਐਂਬੂਲੈਂਸ ਦੀ ਸੇਵਾ ਵੀ ਨਾਲ ਨਿਭਾਉਂਦੇ ਨੇ ਔਰ ਹੁਣ ਤੱਕ 79 ਵਾਰ ਜਿਹੜਾ ਬਲੱਡ ਡੋਨੇਟ
ਕਰ ਚੁੱਕੇ ਨੇ ਔਰ ਇਹਨਾਂ ਨੇ ਅਪੀਲ ਵੀ ਕੀਤੀ ਕਿ ਬਲੱਡ ਡੋਨੇਟ ਹਰ ਵਿਅਕਤੀ ਨੂੰ ਕਰਨਾ ਚਾਹੀਦਾ ਜਿਸ ਦੀ ਉਮਰ ਹੋਵੇ ਔਰ ਸਾਰੀ ਉਮਰ ਤੱਕ ਜਦੋਂ ਤੱਕ ਉਮਰ ਰਹੇਗੀ ਉਦੋਂ ਤੱਕ ਕਹਿੰਦੇ ਮੈਂ ਬਲੱਡ ਡੋਨੇਟ ਕਰਦਾ ਰਹਾਂਗਾ।